ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਅਸੀਂ ਲਾਜ਼ਮੀ ਪੰਜਾਬੀ ਕਲਾਸ 12ਵੀਂ ਦੇ ਦੂਸਰੇ ਪਾਠ ਪੰਜਾਬ ਦੇ ਮੇਲੇ ਤੇ ਤਿਹਾਰ ਇਹਦੇ ਜ਼ਰੂਰੀ ਐਮਸੀਕਿਊ ਟਾਈਪ ਕੁਐਸਚਨਸ ਕਰਾਂਗੇ ਜੋ ਕਿ ਟਰਮ ਬੰਦੇ ਪੇਪਰਾਂ 'ਚ ਆ ਸਕਦੇ ਨੇ ਚਲੋ ਸ਼ੁਰੂ ਕਰਦੇ ਹਾਂ ਕਿੱਥੇ ਸਾਰੇ ਲਾੜੇ ਹੁੰਦੇ ਹਨ ਮੜਾ ਸੋਖਾ ਚਾਰ ਆਪਸ਼ਨ ਨੇ ਏ ਆਏਗਾ ਜੀ ਮੇਲੇ ਵਿੱਚ ਪਹਿਲਾ ਮੇਲੇ ਦੇ ਇਕੱਠ ਵਿੱਚ ਕੌਣ ਲੜਾ ਹੁੰਦਾ ਹੈ ਸਾਰੇ ਆਪਸ਼ਨ ਤੀਜਾ ਮੇਲੇ ਵਿੱਚ ਕਿਸ ਦਾ ਨਿਜ ਘੋੜੀ ਚੜਿਆ ਹੁੰਦਾ ਹੈ ਪੰਜਾਬ ਦਾ ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਤੇ ਲੁਹਾਬਣਾ ਹੋਣ ਦੇ ਨਾਲ ਕਿਸ ਚੀਜ਼ ਦੀ ਪ੍ਰਤੀਨਿਧਤਾ ਕਰਦਾ ਹੈ ਪੰਜਾਬ ਦੇ ਸੱਭਿਆਚਾਰ ਦੀ ਆਪਸ਼ਨ ਤੀਜਾ ਪ੍ਰਸ਼ਨ ਪੰਜਵਾਂ ਪੰਜਾਬ ਕਦੋਂ ਪੰਜਾਬੀ ਕਦੋਂ ਕੋਈ ਨਵੀਂ ਚੀਜ਼ ਖਰੀਦੇ ਹਨ ਹਰ ਪੂਰਬ ਅਤੇ ਮੇਲੇ ਉੱਤੇ ਯਾਨੀ ਹਰ ਪੂਰਬ ਕੋਈ ਤਿਹਾੜੀ ਤੇ ਮੇਲਾ ਦਾ ਆਪਸ਼ਨ ਚੌਥਾ ਪ੍ਰਸ਼ਨ 6 ਹਰ ਮੇਲੇ ਵਿੱਚ ਕੀ ਉੱਭਰ ਆਉਂਦਾ ਹੈ ਭਰਪੂਰ ਬਾਜ਼ਾਰ ਆਪਸ਼ਨ ਤੀਜਾ ਪ੍ਰਸ਼ਨ 7 ਕੌਣ ਮੇਲੇ ਵਿੱਚ ਆਪੋ ਆਪਣੀ ਕਲਾ ਦੀਆਂ ਸੁੰਦਰ ਕ੍ਰਿਤੀਆਂ ਲਿਆਉਂਦੇ ਹਨ ਇਲਾਕੇ ਦੇ ਕਲਾਕਾਰ ਤੇ ਸ਼ਿਲਪੀ ਅਠਵਾਂ ਖਾਲੀ ਥਾਂ ਹੈ ਇਹਦੇ ਚ ਆਏਗਾ ਪੰਜਾਬੀ ਹਰ ਮੇਲੇ ਅਤੇ ਪੁਰਬ ਉੱਤੇ ਕੋਈ ਨਾ ਕੋਈ ਨਵੀਂ ਚੀਜ਼ ਖਰੀਦੇ ਹਨ ਸੋ ਇਸ ਤਰ੍ਹਾਂ ਪੈਰੇ ਆਣਗੇ ਪੈਰੇ ਦੇ ਵਿੱਚੋਂ ਤੁਹਾਨੂੰ ਅਨਸਰ ਲੱਭ ਕੇ ਦੇਣੇ ਹੋਣਗੇ ਐਮਸੀਕਿਊ ਟਾਈਪ ਆਣਗੇ ਦੂਸਰਾ ਪੈਰਾ ਦੇਖ ਸਕਦੇ ਹੋ ਕਿਹੜੀ ਚੀਜ਼ ਪੰਜਾਬ ਦੇ ਮੌਸਮਾ ਰੁੱਤਾਂ ਤੇ ਤਿਉਹਾਰਾਂ ਨਾਲ ਜੁੜੀ ਹੈ ਮੇਲੇ ਚੌਥਾ ਆਪਸ਼ਨ ਕਿਹੜੇ ਮੇਲੇ ਮਨੁੱਖੀ ਮਨ ਦੀ ਕੁਦਰਤ ਨਾਲ ਇੱਕ ਸੁਰਤਾ ਦੇ ਪ੍ਰਤੀਤ ਹਨ ਮੌਸਮੀ ਮੇਲੇ ਆਪਸ਼ਨ ਤੀਜਾ ਪ੍ਰਸ਼ਨ 3 ਹਰ ਨਵੀਂ ਰੁੱਤ ਜੀਵਨ ਵਿੱਚ ਕੀ ਪਰਦੀ ਹੈ ਨਵਾਂ ਸਾਹਸ ਆਪਸ਼ਨ ਦੂਜਾ ਰੁੱਤਾਂ ਵਿੱਚ ਸਭ ਤੋਂ ਮਿੱਠੀ ਹਸੀਨ ਰੁੱਤ ਕਿਹੜੀ ਹੈ ਬਸੰਤ ਪਹਿਲਾ ਆਪਸ਼ਨ ਬਸੰਤ ਪੰਜਵੀਂ ਦਾ ਤਿਹਾਰ ਕਦੋਂ ਮਨਾਇਆ ਜਾਂਦਾ ਹੈ ਮਾਗ ਸੁਦੀ 5 ਨੂੰ ਅਗਲਾ ਪ੍ਰਸ਼ਨ ਪ੍ਰਸ਼ਨ ਨੰਬਰ 6 ਕਿੱਥੋਂ ਦੀ ਬਸੰਤ ਪੰਜਵੀਂ ਖਾਸ ਪ੍ਰਸਿੱਧ ਹੈ ਪਟਿਆਲੇ ਤੇ ਸ਼ਹਿਰਾਟੇ ਦੀ ਹਕੀਕਤ ਰਾਏ ਦੀ ਸਮਾਦ ਕਿੱਥੇ ਹੈ ਲਾਹੌਰ ਚ ਰੁੱਤਾਂ ਵਿੱਚੋਂ ਸਭ ਤੋਂ ਮਿੱਠੀ ਸੋਹਣੀ ਰੁੱਤ ਹੈ ਬਸੰਤ ਸੋਏ ਪਹਿਰੇ ਦੇ ਵਿੱਚੋਂ بڑا ਸੁੱਖਾ ਪਹਿਰਾ ਆਏਗਾ ਪੜ ਦੇ ਵਿੱਚੋਂ ਉਹਦੇ ਚ ਤੁਸੀਂ ਜਵਾਬ ਦੇਣੇ ਨੇ ਛਪਾਰ ਦਾ ਮੇਲਾ ਕਦੋਂ ਲੱਗਦਾ ਹੈ ਭਾਦਰੂ ਸੁਦੀ 14 ਨੂੰ ਗੁੱਗੇ ਪੀਰ ਦੀ ਮਾੜੀ ਛਪਾਰ ਪਿੰਡ ਦੀ ਕਿਹੜੀ ਗੁੱਠ ਵਿੱਚ ਹੈ ਦੱਖਣੀ ਗੁੱਗੇ ਦੇ ਭਗਤਾਂ ਨੇ ਛਪਾਰ ਪਿੰਡ ਕਦੋਂ ਗੁੱਗੇ ਦੀ ਮਾੜੀ ਦੀ ਸਥਾਪਨਾ ਕੀਤੀ 1880 ਸ਼ਪਾਰ ਦੇ ਮੇਲੇ ਦਾ ਚਰਿੱਤਰ ਕਿਹੋ ਜਿਹਾ ਹੈ ਲੋਕਿਕ ਮੋਹਨਜੋਦੜੋ ਤੇ ਹੜੱppa ਦੀ ਖੁਦਾਈ ਸਮੇ ਲੱਬੀਆਂ ਮੂਰਤਾ ਵਿੱਚੋਂ ਇੱਕ ਕਿਸ ਦੀ ਸੀ ਦੇਵੀ ਮਾਤਾ ਦੀ ਆਪਸ਼ਨ ਤੀਜਾ ਦੇਵੀ ਮਾਤਾ ਦੀ ਪੂਜਾ ਕਿਨਾਂ ਇਲਾਕਿਆਂ ਵਿੱਚ ਜ਼ਿਆਦਾ ਹੁੰਦੀ ਹੈ ਪਹਾੜੀ ਜਵਾਲਾਜੀ ਚਿੰਤਪੂਣੀ ਨੈਣਾ ਦੇਵੀ ਤੇ ਮਨਸਾ ਦੇਵੀ ਦੇ ਸਥਾਨਾਂ ਉੱਤੇ ਮੇਲੇ ਕਦੋਂ ਲੱਗਦੇ ਹੈ ਚੇਤਰ ਤੇ ਅੱਸੂ ਦੇ ਨਰਾਤਿਆਂ ਚ ਕੁਝ ਮੇਲੇ ਦੇਵੀ ਮਾਤਾ ਲਈ ਲੱਗਦੇ ਹਨ ਪਤਿ ਆਉਣ ਲਈ ਦੇਵੀ ਮਾਤਾ ਨੂੰ ਪਤਿ ਆਉਣ ਲਈ ਇਸੇ ਤਰ੍ਹਾਂ ਚੌਥਾ ਪੈਰਾ ਹੈ ਦੇਖ ਸਕਦੇ ਹੋ ਜੀ ਮਾਗੀ ਦਾ ਪ੍ਰਸਿੱਧ ਮੇਲਾ ਕਿੱਥੇ ਲੱਗਦਾ ਹੈ ਮੁਕਸਰ ਗੁਰੂ ਗਵਿੰਦ ਸਿੰਘ ਜੀ ਨੇ ਕਿਸ ਦੀ ਬੇਨਤੀ ਮੰਨ ਕੇ ਬੇਦਾਵਾ ਬਿਦਾਵਾ ਲਿਖ ਕੇ ਆਏ ਹੋਏ ਸਿੰਘਾਂ ਦਾ ਬਿਦਾਵਾ ਪਾੜ ਦਿੱਤਾ ਮਹਾ ਸਿੰਘ ਆਪਸ਼ਨ ਤੀਜਾ ਗੁਰੂ ਗੋਵਿੰਦ ਸਿੰਘ ਜੀ ਦਾ ਮੁਕਾਬਲਾ ਕਿਹਨਾਂ ਨਾਲ ਹੋਇਆ ਮੁਗਲਾਂ ਨਾਲ ਆਪਸ਼ਨ ਦੂਜਾ ਔਰ ਜੋ ਕੇ ਮੁਕਸਰ ਦਾ ਪਹਿਲਾ ਨਾਂ ਕੀ ਸੀ ਖਿਰਦਾਨ ਖਿਦਰਾਣਾ ਆਪਸ਼ਨ ਦੂਜਾ ਗੁਰੂ ਜੀ ਨੇ ਬਿਦਾਵਾ ਪਾਰ ਕੇ ਟੁੱਟੀ ਮੁੜ ਗੰਡੀ ਇਹ ਆਏਗਾ ਗੁਰੂ ਜੀ ਦਾ ਮੁਗਲਾਂ ਦਾ ਜੁੱਧ ਕਿਸ ਦੇ ਕਿਨਾਰੇ ਹੋਇਆ ਤਾਲ ਖਿਦਰਾਣੇ ਮੁਕਸਰ ਵਿੱਚ ਕਦੋਂ ਚਾੜੀ ਸਿੰਘ ਸ਼ਹੀਦ ਹੋਏ 1705 ਕਿੰਨੇ ਸਿੰਘ ਗੁਰੂ ਜੀ ਨੇ ਬਿਦਾਵਾ ਲਿਖ ਲਿਖ ਕੇ ਕਿੰਨੇ ਸਿੰਘ ਦੇ ਗਏ ਸੀ ਵਿਦਾਵਾ 40 ਸਿੰਘ ਗੁਰੂ ਜੀ ਨੇ ਖਿਦਰ ਆਣੇ ਬਿਖੇ ਸ਼ਹੀਦ ਹੋਏ ਸਿੰਘਾਂ ਨੂੰ ਕੀ ਕਹਿ ਕੇ ਮਨਾਇਆ ਮੁਕਤੇ ਮਾਗੀ ਵਾਲੇ ਦਿਨ ਮੁਕਸਰ ਦੇ ਪਾਵਨ ਸਰੋਵਰ ਵਿੱਚ ਸੰਗਤਾਂ ਕੀ ਕਰਦੀਆਂ ਹਨ ਇਸ਼ਨਾਨ ਇਸੇ ਤਰ੍ਹਾਂ ਪੰਜਵਾਂ ਪੈਰਾ ਹੈ ਦੇਖ ਸਕਦੇ ਹੋ ਜਗਰਾਮਾ ਵਿੱਚ ਫਗੜ ਦੇ ਮਹਿਲੇ ਲੱਗਣ ਵਾਲੇ ਮੇਲੇ ਨੂੰ ਕੀ ਕਿਹਾ ਜਾਂਦਾ ਜਗਰਾਮਾ ਦੀ ਰੋਸ਼ਨੀ ਸੂਫੀ ਫਕੀਰ ਅਬਦੁਲ ਕਾਦਰ ਕਬਰ ਦੀ ਕਬਰ ਉੱਤੇ ਲੱਗਣ ਵਾਲਾ ਮੇਲਾ ਮੁਸਲਮਾਨੀ ਮੇਲੇ ਦਾ ਨਾਂ ਰੋਸ਼ਨੀ ਕਿਉਂ ਪਿਆ ਚਿਰਾਗ ਬਾਲਣ ਕਰਕੇ ਜਲੋਦ ਆਰਥ ਕੀ ਹੈ ਰੌਣਕ ਪੈਰੇ ਦੇ ਆਧਾਰ ਤੇ ਦੱਸੋ ਕਿ ਦੇਸ਼ ਦੀ ਵੰਡ ਪਿਛੇ ਮੁਸਲਮਾਨ ਕਿਤੋਂ ਹਿਜਰਤ ਕਰ ਗਏ ਪੰਜਾਬ ਚਿਰਾਗਾ ਦੀ ਰੋਸ਼ਨੀ ਕਾਫੀ ਦੂਰ ਤੋਂ ਹੀ ਦਿਖ ਪੇਸ਼ ਕਰਦੀ ਹੈ ਕਿਹੜੀ ਦੇਖ ਹੁੰਦੀ ਹੈ ਜੀ ਅਲੌਕਿਕ ਸੋ ਇਸੇ ਤਰ੍ਹਾਂ ਪੈਰੇ ਦੇ ਵਿੱਚੋਂ ਤੁਸੀਂ ਲੱਭ ਕੇ ਅਨਸਰ ਦੇਣੇ ਨੇ ਅਗਲਾ ਹੈ ਜੀ ਸਾਂਜੀ ਮਾਈ ਦੀ ਮੂਰਤੀ ਕਿੱਥੇ ਬਣਾਈ ਗਈ ਕੰਦ ਉੱਤੇ ਮੂਰਤੀ ਵਿੱਚ ਕਲਾਤਮਿਕ ਸੁੰਦਰਤਾ ਪਰਣ ਲਈ ਕਈ ਬਿਨੀਆਂ ਵਰਤੀਆਂ ਜਾਂਦੀਆਂ ਹਨ ਸਾਂਜੀ ਦੇਵੀ ਦੀ ਮੂਰਤੀ ਨੂੰ ਸਜਾਉਣ ਲਈ ਫੁੱਲਾਂ ਤੇ ਮੋਤੀਆਂ ਤੋਂ ਇਲਾਵਾ ਹੋਰ ਕੀ ਵਰਤੇ ਜਾਂਦਾ ਹੈ ਕੋਡੀਆਂ ਸਾਂਜੀ ਦੇਵੀ ਦੀ ਮੂਰਤ ਦੇ ਇੱਕ ਪਾਸੇ ਤਾਂ ਚੰਨ ਚੜਦਾ ਦਿਖਾਈ ਦਿੰਦਾ ਹੈ ਪਰ ਦੂਜੇ ਪਾਸੇ ਸੂਰਜ ਸਾਂਜੀ ਮਾਈ ਦੀ ਪੂਜਾ ਕਦੋਂ ਕੀਤੀ ਜਾਂਦੀ ਹੈ ਸ਼ਾਮ ਵੇਲੇ ਕਿਸ ਦਿਨ ਸਾਂਜੀ ਮਾਈ ਦੀ ਮੂਰਤ ਜਲ ਪ੍ਰਵਾਹ ਹੁੰਦੀ ਹੈ ਦਸ਼ੇਰੇ ਦੇ ਦਿਨ ਨਰਾਤਿਆਂ ਵਿੱਚ ਕਿਹੜੀ ਸਭ ਤੋਂ ਲੋਕਨਾਟਕ ਖੇਡਿਆ ਜਾਂਦਾ ਹੈ RAM LILA ਕਿਹੜਾ ਨਾਟਕ ਹੈ RAM LILA ਸੋ ਇਹ ਪਿਆਰਿਆਂ ਦੇ ਸਾਹਮਣੇ ਨਾਲ ਹੋਰ ਵੀ ਕੁਝ ਜ਼ਰੂਰੀ ਪ੍ਰੇਸ਼ਨ ਜਿਸ ਤਰ੍ਹਾਂ ਡਾਕਟਰ ਐਸ ਐਸ ਬਜਰਾਣਾ ਬੇਦੀ ਨੇ ਕੀ ਲਿਖਿਆ ਪੰਜਾਬ ਦੇ ਮੇਲੇ ਤੇ ਤਿਹਾਰ ਪੰਜਾਬ ਦੇ ਮੇਲੇ ਤਿਹਾਰ ਦਾ ਲੇਖਕ ਹੈ ਡਾਕਟਰ ਐਸ ਐਸ ਬਣਜਾਰਾ ਕਿਹੜੀ ਚੀਜ਼ ਬੀਜ ਰੂਪ ਵਿੱਚ ਪੰਜਾਬੀ ਚਰਿੱਤਰ ਵਿੱਚ ਸਮਾਈ ਹੋਈ ਹੈ ਮੇਲਾ ਕਿਨਾਂ ਲਈ ਹਰ ਪੁਰਬ ਤੇ ਹਰ ਪਲ ਮੇਲਾ ਹੁੰਦਾ ਹੈ ਪੰਜਾਬੀਆਂ ਲਈ ਕੌਣ ਦੁਨੀਆ ਵਿੱਚ ਮੇਲਾ ਮਨਾ ਲਿਆ ਹੈ ਹਰ ਪੰਜਾਬੀ ਮੇਲੇ ਦਾ ਹਰ ਦ੍ਰਿਸ਼ ਮਨਮੋਣਾ ਤੇ ਲੁਭਾਵਨਾ ਹੋਣ ਦੇ ਨਾਲ ਨਾਲ ਕਿਸ ਚੀਜ਼ ਦੀ ਪ੍ਰਤੀਨਿਧਤਾ ਕਰਦਾ ਹੈ ਸੱਭਿਆਚਾਰ ਕੌਣ ਗੰਗਾ ਵਿੱਚ ਖੇੜਦਾ ਕੁਦਰਤ ਤੇ ਰੱਬ ਨਾਲ ਇੱਕਸੁਰ ਹੋ ਜਾਂਦਾ ਹੈ ਪੰਜਾਬੀ ਕਿ ਹੋਲੀ ਨੂੰ ਕਿਸ ਪ੍ਰਾਣਿਕ ਕਥਾ ਨਾਲ ਜੋੜਦੇ ਹਨ ਪ੍ਰਹਲਾਦ ਭਗਤ ਕਿਸ ਨੇ ਹੋਲੀ ਨੂੰ ਪੰਜਾਬੀਆਂ ਦੀਆਂ ਵੀਰ ਭਾਵਨਾ ਨਾਲ ਪ੍ਰਜਵਲਿਤ ਕਰਨ ਲਈ ਨਵੀਂ ਦਿਸ਼ਾ ਦਿੱਤੀ ਗੁਰੂ ਗੋਬਿੰਦ ਸਿੰਘ ਜੀ ਹੁਣ ਵੀ ਆਨੰਦਪੁਰ ਸਾਹਿਬ ਵਿੱਚ ਭਾਰੀ ਮੇਲਾ ਜੁੜਦਾ ਹੈ ਹੋਲੇ ਮੱਲੇ ਨੂੰ ਹੋਲੀ ਦਾ ਤਿਉਹਾਰ ਕਿਹੜੇ ਦੇਸੀ ਮਹੀਨੇ ਮਨਾਇਆ ਜਾਂਦਾ ਫੱਗਣ ਦੇ ਵਿੱਚ ਹੋਲੇ ਮੱਲੇ ਦਾ ਭਾਰੀ ਮੇਲਾ ਆਨੰਦਪੁਰ ਸਾਹਿਬ ਲੱਗਦਾ ਹੈ ਫੱਗਣ ਵਿੱਚ ਕਿਹੜਾ ਤਿਹਾੜਾਂ ਦਾ ਹੋਲੀ ਆਨੰਦਪੁਰ ਸਾਹਿਬ ਵਿੱਚ ਕਿਹੜਾ ਭਾਰੀ ਮੇਲਾ ਲੱਗਦਾ ਹੈ ਹੋਲਾ ਮੱਲਾ ਗੁਰੂ ਗਵਿੰਦ ਸਿੰਘ ਜੀ ਹੋਲੀ ਵਾਲੇ ਦਿਨ ਆਨੰਦਪੁਰ ਵਿਖੇ ਜੋਧਿਆਂ ਦਾ ਦਲ ਬਣਾ ਕੇ ਕੀ ਕਰਵੰਦੇ ਸੀ ਜੰਗੀ ਮੁਕਾਬਲੇ ਸੂਰਮੇ ਹੋਲੀ ਵਾਲੇ ਦਿਨ ਇਕੱਠੇ ਹੋ ਕੇ ਕੀ ਦਿਖਾਉਂਦੇ ਆ ਸ਼ਸਤਰਾਂ ਦੇ ਕਰਤੱਵ ਤੀਆਂ ਦਾ ਤਿਹਾੜਾ ਕਿਦੋਂ ਦਾ ਸੌਣ ਬਰਖਾ ਰੁੱਤੇ ਕੋਣ ਤੀਆਂ ਦੀ ਢੀਕ ਖਾਸ ਉਤਸੁਕਤਾ ਨਾਲ ਕਰਦੀਆਂ ਨਮੀਆਂ ਪਈਆਂ ਬਰੀਆਂ ਕੁੜੀਆਂ ਕਰਦੀਆਂ ਹਨ ਕੁੜੀਆਂ ਕਿੱਥੇ ਪਿੰਗਾ ਪਾਉਂਦੀਆਂ ਪਿੱਪਲਾਂ ਤੇ ਪਹਿਲੇ ਸਮਿਆਂ ਵਿੱਚ ਕਿਸਾਨ ਪੈਲੀ ਨੂੰ ਵਾਉਣ ਬੀਜਣ ਤੇ ਵੱਢਣ ਤੋਂ ਪਹਿਲਾਂ ਕਿਸ ਦੀ ਪੂਜਾ ਕਰਦੇ ਸੀ 나ਗ ਦੀ ਗੁੱਗਾ ਮੂਲ ਰੂਪ ਵਿੱਚ ਕੀ ਸੀ ਸੱਪਾਂ ਦਾ ਰਾਜਾ ਗੁੱਗੇ ਨਾਲ ਸੰਬੰਧਿਤ ਮੇਲਿਆਂ ਦਾ ਸੰਬੰਧ ਕਿਸ ਦੀ ਪੂਜਾ ਨਾਲ ਹੈ ਸਰਪ ਦੀ ਪੁਰਾਣਾ ਕਥਾਵਾਂ ਅਨੁਸਾਰ ਤਾਂ ਹਸਤੀ ਕਿਸ ਉੱਤੇ ਖੜੀ ਹੈ ਅਸ਼ੇਸ਼ਨਾਗ ਦੇ ਫੰਨਾ ਤੇ ਪਰਲੋ ਬੇਲੇ ਸ਼ੇਸ਼ਨਾਗ ਦੀ ਸੇਜ ਉੱਤੇ ਕੌਣ ਨਿਵਾਸ ਕਰਦਾ ਹੈ ਵਿਸ਼ਨੂ ਭਗਵਾਨ ਸ਼ਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ ਗੁੱਗੇ ਦੀ ਗੁੱਗਾ ਕਿਸ ਇਲਾਕੇ ਦਾ ਯੋਧਾ ਰਾਜਪੂਤਾਨੇ ਦਾ ਗੁੱਗੇ ਦੀ ਬੀਰਗਾਥਾ ਉੱਤੇ ਪਿੱਛੋਂ ਕਿਸ ਦਾ ਰੰਗ ਚੜਿਆ ਮੁਸਲਮਾਨੀ ਗੁੱਗੇ ਦੀ ਸਿਮਰਤੀ ਵਿੱਚ ਵੱਡਾ ਮੇਲਾ ਕਿੱਥੇ ਲੱਗਦਾ ਹੈ ਸ਼ਪਾਰ ਵਿਖੇ ਗੁੱਗੇ ਦੇ ਪਾਕਤਾਨ ਐਸ਼ਪਾਰ ਪਿੰਡ ਵਿੱਚ ਕਦੋਂ ਗੁੱਗੇ ਦੀ ਮਾੜੀ ਸਥਾਪਨਾ ਕੀਤੀ 1880 ਖੇਤਾਂ ਦੇ ਨੇੜੇ ਲੱਗਣ ਵਾਲੇ ਮੇਲੇ ਵਿੱਚ 나ਗ ਦੀ ਪੂਜਾ ਹੁੰਦੀ ਹੈ 나ਗ ਮਹਾਜ ਛਪਾਰ ਦਾ ਮੇਲਾ ਕਿਹੜੇ ਜ਼ਿਲ੍ਹੇ ਵਿੱਚ ਲੱਗਦਾ ਲੁਧਿਆਣਾ ਦੇਵੀ ਦਾ ਮੁੱਖ ਸਥਾਨ ਕਿੱਥੇ ਹੈ ਜਵਾਲਾਮੁਖੀ ਮੋਹਨਜੋਦੜੋ ਤੇ ਹੜੱਪਾ ਖੁਦਾਈ ਵਿੱਚ ਦੇਵੀ ਮਾਤਾ ਦੀਆਂ ਮੂਰਤੀਆਂ ਮਿਲੀਆਂ ਜਰਗ ਦਾ ਮੇਲਾ ਜੋ ਹੈ ਜਰਗ ਪਿੰਡ ਸ਼ੀਤਲਾ ਮਾਤਾ ਦੀ ਪੂਜਾ ਜਰਗ ਦਾ ਮੇਲਾ ਕਦੋਂ ਲੱਗਦਾ ਹੈ ਚੇਤਨ ਮਿਲਣੇ ਦੇ ਪਹਿਲੇ ਮੰਗਲਵਾਰ ਜਰਗ ਦੇ ਮੇਲੇ ਵਿੱਚ ਕਿੰਨਾ ਦੀ ਬਹੁਤ ਕਦਰ ਹੁੰਦੀ ਆ ਖੋਤਿਆਂ ਦੀ ਜਰਗ ਦੇ ਮੇਲੇ ਵਿੱਚ ਕੌਣ ਖੋਤਿਆਂ ਨੂੰ ਸ਼ਿੰਗਾਰ ਕੇ ਲਿਆਉਂਦੇ ਆ কুমਿਆਰ ਜਿਨ੍ਹਾਂ ਦੇ ਬੱਚੇ ਚੇਚਕ ਤੇ ਰੋਗ ਹੁੰਦੇ ਆ ਉਹ ਚੇਚਕ ਤੌਰ ਤੇ ਕਿੱਥੋਂ ਆਉਂਦੇ ਆ ਜਰਗ ਦੇ ਮੇਲੇ ਤੋਂ ਜਰਗ ਦਾ ਮੇਲਾ ਕਿਸ ਦੇ ਦੁਆਲੇ ਲੱਗਦਾ ਹੈ ਤੋਬੇ ਦੇ ਕਿਸ਼ਨੂ ਸੀਤਲਾ ਮਾਤਾ ਦਾ ਰੂਪ ਮੰਨ ਕੇ ਪੂਜਿਆ ਜਾਂਦਾ ਮਟੀਲੇ ਨੂੰ ਜਰਗ ਦੇ ਮੇਲੇ ਵਿੱਚ ਗੁਲਗਲੇ ਕਿਨਾਂ ਨੂੰ ਖਾਏ ਜਾਂਦੇ ਖੋਤਿਆਂ ਨੂੰ ਬਿਹੇੜੀਏ ਦਾ ਮੇਲਾ ਕਿਸ ਨੂੰ ਕਿਹਾ ਜਾਂਦਾ ਜਰਗ ਦੇ ਮੇਲੇ ਸੀਤਲਾ ਦੇਵੀ ਦਾ ਵਾਹਨ ਕਿਸ ਨੂੰ ਮੰਨਿਆ ਗਿਆ ਖੋਤੇ ਨੂੰ ਜਗਰਾਮਾਂ ਦੀ ਰੋਸ਼ਨੀ ਦਾ ਮੇਲਾ ਫੱਗਣ ਵਿੱਚ ਲੱਗਦਾ ਜਗਰਾਮਾਂ ਦੀ ਰੋਸ਼ਨੀ ਕਿਹੜੀ ਬੰਗੀ ਦਾ ਮੇਲਾ ਹੈ ਪੀਰਾ ਫਕੀਰਾ ਮਲੇਰ ਕੋਟਲੇ ਨਿਮਾਣੀ इकादीसी ਕਿਸ ਦੀ ਕਵਰ ਤੇ ਲੱਗਦੀ ਹੈ ਹਦਰ ਸ਼ੇਖ ਦੀ ਨਿਗਾਹਾ ਮੇਲਾ ਕਿੱਥੇ ਲੱਗਦਾ ਹੈ ਮਲੇਰਕੋਟਲੇ ਕਿਸ ਨੇ ਕਿਹਾ ਕਿ ਪੰਜਾਬ ਜੁੰਦਾ ਗੁਰਾਂ ਦੇ ਨਾਂ ਤੇ ਹੈ ਪ੍ਰੋਫੈਸਰ ਪੂਰਨ ਸਿੰਘ ਪੱਛਮੀ ਪੰਜਾਬ ਵਿੱਚ ਖਾਰ ਪੂਰਨ ਮਸੀਹ ਨੂੰ ਕਿੱਥੇ ਮੇਲਾ ਲੱਗਦਾ ਹੈ ਪੰਜਾ ਸਾਹਿਬ ਸੋ ਵਿਦਿਆਰਥੀਏ ਬਹੁਤ ਜ਼ਰੂਰੀ ਪ੍ਰੇਸ਼ਾਨ ਸੀ ਉਮੀਦ ਹੈ ਤੁਹਾਨੂੰ ਇਹ ਚੰਗੇ ਲੱਗੇ ਹੋਣਗੇ ਸੋ ਏ ਦੂਸਰੇ ਪਾਠ ਪੰਜਾਬ ਦੇ ਮੇਲੇ ਤੇ ਤਿਹਾਰ ਦੇ ਜ਼ਰੂਰੀ ਪ੍ਰੇਸ਼ਨ ਸੀ ਇਸੇ ਤਰ੍ਹਾਂ ਸੀ ਬਾਕੀ ਦੇ ਪਾਠ ਵੀ ਜਲਦੀ ਕਰਾਂਗੇ ਧੰਨਵਾਦ ਬੈਸਟ ਆਫ ਲੱਕ